ਸਵਾਗਤ ਹੈ ਜੀ ਮੇਰੇ ਮੰਥਨ ਭਰਾ ਦਾ। ਅਸੀਂ ਥਰਡ ਤੋਂ ਇਕੱਠੇ ਹਾਂ, ਉੱਥੇ ਕੈਮਰਾ ਨਹੀਂ ਸੀਗਾ, ਅੱਜ ਇੱਥੇ ਆ ਕੇ ਬਹਿ ਗਿਆ। ਇਹ ਸਾਡਾ ਮੰਥਨ ਭਰਾ ਹੈ ਜੀ। ਕੀ ਬਾਤ ਹੈ ਜੀ, ਦੇਖਿਓ ਬਸ ਆਰਾਮ ਨਾਲ ਆਰਾਮ ਨਾਲ ਆਰਾਮ। ਐਕਚੁਅਲੀ ਜਦੋਂ ਵੀ ਕਿਤੇ ਬਹਿੰਦਾ ਕਿੱਦਾਂ ਵੀਰੇ ਉਹੀ ਤੁਸੀਂ ਠੀਕ ਹੋ, ਅੱਡੀ ਕਰੇ ਜਗ੍ਹਾ ਆ। ਅੱਛਾ ਮੰਥਨ ਵੀਰੇ, ਤੁਹਾਡੇ ਫੋਨ ਦਾ ਕੈਮਰਾ ਦੇਖੋ ਕੱਟਿਆ ਤਾਂ ਨਹੀਂ ਜਾ ਰਿਹਾ ਜੀ, ਗਰਦਨ ਗੁਰਦਨ ਨਹੀਂ ਕੱਟੀ ਜਾ ਰਹੀ? ਗਰਦਨ ਤਾਂ ਸੱਚ ਹੈ ਹੀ ਨਹੀਂ, ਸੋਰੀ। ਚਲੋ ਚਲੋ ਜੀ ਭਾਜੀ ਦੀ ਸ਼ਕਲ ਦੇਖ ਕੇ ਦੱਸੋ ਨਾ, ਰਾਤੀ ਗੰਦਾ ਕੰਮ ਕੀਤਾ ਕੋਈ? ਨਹੀਂ ਭਾਜੀ, ਜਿਹੜੀਆਂ ਚੀਜ਼ਾਂ ਮੈਨੂੰ ਇੱਕ ਦੋ ਪਤਾ ਲੱਗ ਰਹੀਆਂ ਉਹ ਆਪਾਂ ਕੈਮਰਾ ਦੇ ਉੱਤੇ ਨਹੀਂ ਦੱਸ ਸਕਦੇ। ਫਿਰ ਮੈਂ ਕੋਈ ਬੋਲ ਦਾਂਗਾ। ਸੋ ਤੁਹਾਨੂੰ ਵੀਡੀਓ। ਅੱਛਾ ਮੰਥਨ ਵੀਰੇ, ਮੇਰੇ ਵੱਲ ਦੇਖੋ ਅਤੇ ਮੈਂ ਚਾਹੁੰਦਾ ਤੁਸੀਂ ਆਪਦੀ ਡੀਪੈਸਟ ਡਾਰਕੈਸਟ ਫੈਂਟਸੀਜ਼ ਬਾਰੇ ਸੋਚੋ। ਟਰਾਈ ਕਰੂੰਗਾ ਕਿ ਗੈਸ ਲੈਂਦੀ ਆ ਤੁਹਾਡਾ ਹੀ ਫੋਨ। ਓਕੇ, ਕਿੰਨੇ ਨੰਬਰ ਦਾ ਪਾਸਵਰਡ ਹੈ, ਕਿੰਨੇ ਡਿਜਿਟ ਹੈ? 6 ਨੰਬਰ ਨੇ। ਓਕੇ ਪਰਫੈਕਟ। ਸੋ 1 ਮਿਲੀਅਨ ਦੇ ਵਿੱਚ ਇੱਕ ਤੁਹਾਡਾ ਪਾਸਵਰਡ ਹੋਣਾ ਚਾਹੀਦਾ। ਪਹਿਲੇ ਨੰਬਰ ਬਾਰੇ ਸੋਚੋ, ਦੂਜੇ ਨੰਬਰ ਬਾਰੇ ਸੋਚੋ, ਤੀਜੇ ਨੰਬਰ ਬਾਰੇ ਸੋਚੋ, ਚੌਥੇ ਬਾਰੇ ਸੋਚੋ। ਸੀ ਮੈਨੂੰ ਰੈਪੀਟੀਸ਼ਨ ਦੇਖ ਰਹੀ, ਮੈਨੂੰ ਇੱਦਾਂ ਲੱਗ ਰਿਹਾ ਵੀ ਇਹਨਾਂ ਵਿੱਚ ਨਾ ਕੁਛ ਇੱਦਾਂ ਦੇ ਨੰਬਰ ਸੀਗੇ ਜਿਹੜੇ ਰਿਪੀਟ ਹੋਏ ਆ। ਮੈਨੂੰ ਪਤਾ ਤੁਹਾਡਾ 4-5 ਸਾਲ ਪੁਰਾਣਾ ਜਿਹੜਾ ਹੈਗਾ ਪਾਸਵਰਡ ਹੈ, ਪਰ ਯੂ ਡੋਂਟ ਮਾਈਂਡ ਜੇ ਆਪਾਂ ਕੈਮਰਾ ਦੇ ਉੱਤੇ ਰਿਵੀਲ ਕਰਨ ਦੀ ਕੋਸ਼ਿਸ਼ ਕਰੀਏ? ਇਹਦੇ ਫੋਨ 'ਚ ਕੀ ਲੱਭਣਾ ਭਾਜੀ? ਓਕੇ ਵੀਰੇ, ਪਹਿਲਾ ਨੰਬਰ ਜਿਹੜਾ ਤੁਹਾਡੇ ਪਾਸਵਰਡ ਦਾ ਹੈਗਾ, ਦੈਟ ਇਜ਼ ਅ 5। ਹਾਂਜੀ, ਉੱਥੇ ਬੈਠਾ ਚੇਂਜ ਹੀ ਕਰ ਲੈਂਦਾ ਪਾਸਵਰਡ। 5 ਅਤੇ ਇੱਕ ਰਿਪੀਟ ਜਿਹੜਾ ਨੰਬਰ ਹੋ ਰਿਹਾ, ਦੈਟ ਇਜ਼ ਅ 5 ਐਸ ਵੈਲ। ਫੋਨ ਖੋਲਤਾ ਇਹ ਬੰਦਾ, ਇੰਨਾ ਸਕੀਮੀ ਹੈ ਨਾ, ਤੁਹਾਨੂੰ ਪਹਿਲੇ ਸ਼ਬਦ ਤੇ ਪਹਿਲੇ ਵਰਡ ਤੇ ਉਲਝਾ ਲੇਗਾ, ਪਰ ਪਾਸਵਰਡ ਐਂਡ ਤੱਕ ਹੁੰਦਾ। ਲਾਸਟ ਵਾਰ ਜਦੋਂ ਮੈਂ ਬੋਲਿਆ ਹੀ ਨਹੀਂ, ਉਹੀ ਤਾਂ ਗੱਲ ਹੈ, ਇਹੀ ਤਾਂ ਟ੍ਰਿਕ ਸੀ। 5-8-5-8-0-0 ਬੋਲਿਆ ਗਿਆ ਫਿਰ ਤੁਸੀਂ ਹੁਣ ਭਾਜੀ ਦੀ ਬੈਂਕ ਡਿਟੇਲ ਸਾਰੀਆਂ ਲੀਕ ਹੋ ਜਾਣਗੀਆਂ। ਹੋ ਗਿਆ ਕਿਸ ਵਾਰੀ ਨਹੀਂ, ਪਰ ਭਾਜੀ ਪਲੀਜ਼ ਤੁਸੀਂ ਇੱਕ ਵਾਰੀ ਚੇਂਜ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਚੇਂਜ ਕਰ ਸਕੀਏ, ਮਤਲਬ ਵੀ ਉੱਥੇ ਦਿਖੇ ਨਾ ਸਾਰਿਆਂ ਨੂੰ ਵੀ ਤੁਹਾਡਾ ਐਕਚੁਅਲੀ ਪਾਸਵਰਡ ਕਿਹੜਾ ਸੀਗਾ। ਆਪਾਂ ਇੱਕ ਸੈਕੰਡ ਟ੍ਰਿਕ ਹੈਗੀ ਆ, ਉਹ ਥੋੜੀ ਜਿਹੀ ਨਾ ਡੇਂਜਰਸ ਵਾਲੀ ਆ। ਡੇਂਜਰਸ ਬੰਦਾ ਬੁਲਾਉਂਦੇ ਫਿਰ ਡੇਂਜਰਸ ਆਪਾਂ ਬੰਦਾ ਆ ਜੋ ਵੀ ਡੇਂਜਰਸ ਬੰਦਾ ਮੰਥਨ ਵੀਰੇ। ਥੈਂਕ ਯੂ ਵੀਰੇ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ। ਆਉਂਦੇ ਰਹੋ ਸ਼ੋਅ ਤੇ, ਸਾਡੇ ਘਰੇ ਜਗ੍ਹਾ ਤੇ ਆਓ, ਸਾਡੇ ਘਰੇ ਜਗ੍ਹਾ ਤੇ ਆਓ, ਬੈਠੋ ਜੀ। ਇਹ ਤੁਸੀਂ ਦੱਸਿਆ ਨਹੀਂ, ਰਾਤੀਆਂ ਨੇ ਗਲਤ ਕੰਮ ਕੀਤਾ ਸੀ ਕਿ ਨਹੀਂ ਉਹਨਾਂ ਨੇ? ਆਪਾਂ ਜੇ ਤੁਹਾਡੀ ਫਰੈਂਡ ਨੂੰ ਥੋੜਾ ਜਿਹਾ ਟੌਰਚਰ ਕਰੀਏ। ਅਰੇ ਭਾਈ, ਤੁਸੀਂ ਨਾ ਟੌਰਚਰ ਹੋਇਓ, ਬਸ ਤੁਸੀਂ ਗੁੱਸਾ ਨਾ ਕਰਿਓ। ਨਹੀਂ ਨਹੀਂ ਭਾਜੀ, ਕੋਈ ਚੱਕਰ ਵਾਲੀ ਗੱਲ, ਇਹ ਉਹ ਬੱਚੇ ਨੇ ਜਿਹੜੇ ਮਤਲਬ ਸਕੂਲ 'ਚ ਇਸ ਲਈ ਪਾਏ ਗਏ ਸੀਗੇ। ਹੋਰ ਜੀ ਠੀਕ ਹੈ ਭਾਜੀ, ਕਿਵੇਂ? ਠੀਕ ਹੋ? ਠੀਕ ਹੈ ਠੀਕ ਹੈ ਬਹੁਤ ਸਤਿ ਸ਼੍ਰੀ ਅਕਾਲ ਜੀ। ਅੱਛਾ ਠੀਕ ਹੈ, ਮੈਂ ਠੀਕ ਹਾਂ। ਲਿਆਜ ਕਰਨੀ ਆਪਾਂ ਇੱਕ ਦੂਜੇ, ਠੀਕ ਹੈ? ਕੈਮਰਾ ਆਨ ਹੈ। ਅੱਛਾ, ਮੈਨੂੰ ਬਹੁਤ ਵਧੀਆ ਲੱਗਿਆ ਭਾਜੀ, ਤੁਸੀਂ ਫੋਨ ਨਾਲ ਲੈ ਕੇ ਆਪਾਂ ਤੁਹਾਡੇ ਫੋਨ ਨੂੰ ਕੋਈ ਚੀਜ਼ ਕਰ ਸਕਦੇ ਜੋ ਮਨ ਹਣਾ ਮੈਨੂੰ ਕਿਹੜਾ ਡਿਲੀਟ ਕਰ, ਬਸ ਇਹਦੇ ਨਾਲ ਨਹੀਂ ਕਰਨਾ ਕੁਝ। ਮੇਰੇ ਕੋਲ ਇੱਥੇ ਇੱਕ ਐਨਵਲਪ ਆ, ਤੇ ਮੈਨੂੰ ਤੁਸੀਂ ਦੱਸਿਓ ਵੀ ਜੇ ਤੁਹਾਨੂੰ ਆਈਡੀਆ ਹੋ ਰਿਹਾ ਵੀ ਤੁਹਾਡੇ ਨਾਲ ਕੀ ਹੋਣ ਲੱਗਾ। ਠੀਕ ਹੈ, ਆਪਾਂ ਇਹਨੂੰ ਇਹਦੇ ਵਿੱਚ ਪਾ ਦਿੰਦੇ ਹਾਂ। ਅੱਛਾ, ਗੁੰਦਲ ਹੈ ਹੀ ਨਹੀਂ। ਓਕੇ, ਆਪਾਂ ਇਹਨੂੰ ਰੱਖ ਦਿੰਦੇ ਭਾਜੀ ਇੱਥੇ। ਕੀ ਤੁਹਾਨੂੰ ਆਈਡੀਆ ਹੈਗਾ ਵੀ ਤੁਹਾਡੇ ਨਾਲ ਕੀ ਹੋਣ ਲੱਗਿਆ ਭਾਜੀ? ਐਨੀਥਿੰਗ? ਧੱਕਾ ਹੋਣ ਲੱਗਿਆ ਭਾਜੀ ਇਹਦੇ ਨਾਲ, ਹੋ ਸਕਦਾ ਫੋਨ ਗਾਇਬ ਕਰ ਦੂੰ। ਨਹੀਂ 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 ਨਹੀਂ, ਆਪਾਂ ਫਿਰ ਮੈਂ ਤੁਹਾਨੂੰ, ਹੋ ਸਕਦਾ ਤੁਸੀਂ ਆਈਫੋਨ 16 ਦੇ ਦਿਓ ਭਾਜੀ ਇਹਨੂੰ, ਹਨਾ? ਗੱਲ ਸਹੀ, ਆਪਾਂ ਉਹਨੂੰ ਚੇਂਜ ਕਰ ਦਈਏ। ਸੋ ਆਪਣੇ ਕੋਲ ਇੱਕ ਹੋਰ ਹੈਗਾ, ਡਮੀ ਹੈ, ਠੀਕ ਹੈ, ਇਹ ਫੇਕ ਫੋਨ ਆ ਜਸਟ ਇਨ ਕੇਸ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਹੋਰ ਐਨਵਲਪ ਨੂੰ ਲੈਂਦੇ ਹਾਂ ਅਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਕੇ ਅਤੇ ਪ੍ਰੋਪਰ ਇਹਨੇ ਚਿਪਕ ਹੀ ਜਾਣਾ, ਅਤੇ ਆਪਾਂ ਚਿਪਕ ਕੇ ਇਹਨੂੰ ਇਹਦੇ ਉੱਤੇ ਰੱਖ ਦਿੰਦੇ ਹਾਂ। ਤੁਹਾਨੂੰ ਕੋਈ ਆਈਡੀਆ ਹੈਗਾ ਭਾਜੀ ਤੁਹਾਡੇ ਨਾਲ ਕੀ ਹੋਣ ਲੱਗਾ? ਉੱਪਰ ਨੀਚੇ ਹੋ ਸਕਦਾ। ਵੈਰੀ ਗੁੱਡ ਵੈਰੀ ਗੁੱਡ। ਤਾਂ ਇੱਦਾਂ ਵੀ ਦੇਖੋ, ਆਹ ਉੱਤੇ ਵਾਲਾ ਫੋਨ ਤੁਹਾਡਾ ਨਹੀਂ ਹੈਗਾ ਪਰ ਥੱਲੇ ਵਾਲਾ ਤੁਹਾਡਾ, ਠੀਕ ਹੈ। ਹੁਣ ਜੇ ਮੈਂ ਇਹਨੂੰ ਮਿਕਸ ਕਰ ਦੇਣਾ, ਤੁਹਾਨੂੰ ਕੀ ਲੱਗਦਾ ਤੁਹਾਡਾ ਫੋਨ ਕਿੱਥੇ? ਨੀਚੇ। ਵੈਰੀ ਗੁੱਡ, ਹੈ ਨਾ। ਅੱਛਾ ਚਲੋ, ਆਪਾਂ ਕੀ ਕਰਦੇ ਹੁਣ, ਮੈਂ ਤੁਹਾਨੂੰ ਦਿਖਾਉਣਾ
ਆਪਣੇ ਕੋਲ ਨਾ ਭਾਜੀ ਚਾਰ ਹੋਰ ਫੋਨਸ ਨੇ ਇੱਥੇ। ਹਾਂਜੀ, ਸੋ ਆਪਾਂ ਕੀ ਕਰਦੇ ਹਾਂ, ਅੱਖਾਂ ਬੰਦ ਕਰ ਸਕਦੇ ਹਾਂ ਤੁਸੀਂ, ਅੱਖਾਂ ਬੰਦ ਕਰ ਸਕਦੇ ਜਸਟ ਇਨ ਕੇਸ, ਇੱਦਾਂ ਆਪਾਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਮਿਕਸ ਕਰ ਦਿੰਦੇ ਹਾਂ। ਅੱਖਾਂ ਖੋਲੋ ਭਾਜੀ, ਤੁਹਾਨੂੰ ਪਤਾ ਉਹਨਾਂ ਦਾ ਫੋਨ ਕਿਹੜਾ? ਮੈਨੂੰ ਪਤਾ ਪਰ ਮੈਂ ਦੱਸਣਾ ਨਹੀਂ ਭਾਜੀ। ਓਕੇ ਓਕੇ ਓਕੇ, ਮੈਂ ਆਪਣੇ ਕੰਮ 'ਚ ਖਿਆਨਤ ਨਹੀਂ ਕਰਦਾ। ਓਕੇ, ਮੈਂ ਮਾੜਾ ਹੋਰ ਇੱਕ ਵਾਰੀ ਉਹਨੂੰ ਮਿਕਸ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਮੈਨੂੰ ਨਹੀਂ ਲੱਗਦਾ ਵੀ ਆਲਮੋਸਟ ਕਿਸੇ ਨੂੰ ਪਤਾ, ਅਤੇ ਓਨੈਸਟਲੀ ਮੈਂ ਵੀ ਧਿਆਨ ਨਹੀਂ ਰੱਖਿਆ ਵੀ ਕਿਹੜਾ ਫੋਨ ਜਿਹੜਾ ਹੈਗਾ ਉਹ ਕੀ ਦਾ, ਠੀਕ ਹੈ? ਸੋ ਵਟ ਵੀ ਵਿਲ ਡੂ ਇਜ਼, ਇਹ ਨਾ ਥੋੜ੍ਹੇ ਜਿਹੇ ਐਨਵਲਪਸ ਵਿੱਚ, ਆਈ ਗੈਸ ਸ਼ੇਪ ਨਾ ਦਿਖੇ ਤੁਹਾਨੂੰ ਕਿਸੇ ਵੀ ਐਨਵਲਪ ਦੇ ਵਿੱਚ, ਮੈਨੂੰ ਇੱਦਾਂ ਹੀ ਲੱਗਦਾ, ਪਰ ਆਈ ਗੈਸ ਮੈਨੂੰ ਲੱਗਦਾ ਸ਼ੇਪ ਤੁਹਾਨੂੰ ਦਿਖਣੀ ਨਹੀਂ ਚਾਹੀਦੀ। ਓਕੇ, ਦੈਟਸ ਫਾਈਨ। ਸੋ ਵਟ ਵੀ ਵਿਲ ਡੂ ਇਜ਼ ਭਾਅ ਜੀ, ਮੇਰੇ ਕੋਲ ਇੱਥੇ ਇੱਕ ਮਾਰਕਰ ਆ, ਅਤੇ ਆਪਾਂ ਮਾਰਕਰ ਨਾ ਸਾਰਿਆਂ ਦੇ ਉੱਤੇ ਕੁਛ ਨਾ ਕੁਛ ਲਿਖ ਦੇਣਾ, ਫੋਰ ਐਗਜ਼ਾਮਪਲ ਜਿਵੇਂ ਕਿ ਹੈਗਾ 1। ਓਕੇ, ਫਿਰ ਆਪਾਂ ਦੂਜੇ ਦੇ ਉੱਤੇ ਲਿਖ ਦਿੰਦੇ ਹਾਂ ਜਿੱਦਾਂ ਕਿ 2। ਮੈਨੂੰ ਦੱਸੋ ਜਦੋਂ ਤੁਹਾਨੂੰ ਆਈਡੀਆ ਹੁੰਦਾ ਵੀ ਆਪਾਂ ਤੁਹਾਡੇ ਨਾਲ ਕੀ ਕਰਨ ਲੱਗੇ ਹਾਂ, ਫਿਰ ਆਪਾਂ ਇੱਥੇ ਲਿਖ ਦਿੰਦੇ ਹਾਂ 3। ਪਿੱਛੋਂ ਨਾ ਕੱਢ ਦਿਓ ਫੋਨ, ਨਹੀਂ 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 ਘਬਰਾ ਰਿਹਾ ਤੂੰ, ਮੈਂ ਤੇਰੇ ਨਾਲ ਆ ਜੀ। 4 ਆਪਾਂ ਲਿਖ ਦਿੰਦੇ ਹਾਂ, 5 ਇਹ ਆਪਾਂ ਲਿਖ ਦਿੰਦੇ ਭਾਅ ਜੀ, 6। ਆਲ ਗੁੱਡ? ਹਾਂਜੀ, ਪਰਫੈਕਟ। ਪਰ ਮਾਰਕਰ ਨੂੰ ਤੁਸੀਂ ਫੜ ਸਕਦੇ ਹੋ, ਠੀਕ ਹੈ? ਅਨਮੋਲ ਭਾਅ ਜੀ, ਉਹਨਾਂ ਦੀ ਜਾਨ ਜਿਹੜੀ ਹੈਗੀ ਤੁਹਾਡੇ ਹੱਥ 'ਚ, ਅਡਾਈ ਨੂੰ ਫੜੋ, ਇਹਨੂੰ ਉਹਦੇ ਮੁੱਠੀ ਦੇ ਵਿੱਚ ਇੱਦਾਂ ਬੰਦ ਰੱਖ। ਜਾਨ ਤਾਂ ਸੱਚੀ ਮੇਰੇ ਹੱਥ 'ਚ ਭਾਅ ਜੀ। ਹੁਣ ਨਾ ਮੈਂ ਤੁਹਾਡੇ ਵਾਸਤੇ ਇੱਕ ਬੜੀ ਵਧੀਆ ਚੀਜ਼ ਲੈ ਕੇ ਆਇਆ, ਇੱਕ ਮਿੰਟ ਭਾਅ ਜੀ, ਮੈਂ ਉੱਠਣ ਲੱਗਾ ਸੀ। ਹਾਂਜੀ ਹਾਂਜੀ, ਘਬਰਾਈ ਨਾ ਤੂੰ, ਯਾਰ ਘਬਰਾਈ ਨਾ, ਮੈਂ ਤੇਰੇ ਨਾਲ। ਮੈਨੂੰ ਦੱਸਿਓ ਜਦੋਂ ਤੁਹਾਨੂੰ ਪਤਾ ਲੱਗੇ ਵੀ ਬਹੁਤ ਪਤਾ ਕੀ ਕਰਨ ਲੱਗਿਆ ਭਾਅ ਜੀ। ਉਹ ਭਾਅ ਜੀ ਤਾਂ ਪਹਿਲਾਂ ਦਿਖਾਓ ਸਰ, ਅਸਲੀ ਤੁਹਾਡਾ ਅੱਧ ਦਿਖਾ, ਕਿਉਂਕਿ ਤੁਸੀਂ ਐ ਨੀ ਕਰ ਸਕਦੇ। ਆਪਾਂ ਇੱਕ ਵਾਰੀ ਫਿਰ ਤੋਂ ਰੋਲ ਕਰਦੇ ਭਾਅ ਜੀ, ਤੁਸੀਂ ਕਦੇ ਡਾਈਨੋ ਫੜ ਸਕਦੇ ਹੋ, ਜਸਟ ਰੋਲ ਕਰ ਦਿਓ ਇੱਕ ਵਾਰੀ ਦੱਸ। ਪਰ ਨੰਬਰ 1 ਬਿਊਟੀਫੁਲ ਨੰਬਰ ਭਾਅ ਜੀ, ਆਪਾਂ ਕੀ ਕਰਦੇ, ਆਪਾਂ ਨੰਬਰ 1 ਨੂੰ ਚੱਕਦੇ ਹਾਂ। ਇਹਦੀ ਆਵਾਜ਼ ਮੈਨੂੰ ਥੋੜੀ ਡਿਫਰੈਂਟ ਭਾਈ, ਮੇਰੀ ਗੱਲ ਸੁਣੋ, ਅ ਟੇਬਲ ਥੋੜਾ। ਓ ਸੌਰੀ ਸੌਰੀ ਸੌਰੀ, ਓ ਭਾਅ ਜੀ ਰੀਲੀ ਸੌਰੀ। ਭਾਅ ਜੀ ਇੱਕ ਵਾਰੀ ਤੁਸੀਂ ਹੋਰ ਰੋਲ ਕਰ ਸਕਦੇ ਹੋ। ਬਾਈ ਦੇ ਵੀ ਜੀ, ਜਸਟਿਨ ਕੇਸ ਇੱਕ ਵਾਰੀ ਫਿਰ ਰੋਲ ਕਰਦਾ, ਕਿਸੇ ਆਪਾਂ ਚਾਰੋ ਕਰਤਾ ਜੀ। ਬਾਈ ਦੇ ਵੀ ਜੀ, ਜਸਟਿਨ ਕੇਸ ਆਪਣਾ ਇਹ ਚੀਜ਼ ਗਲਤ ਹੋ ਜਾਂਦੀ ਤਾਂ ਸਾਰੀ ਗਲਤੀ ਅਨਮੋਲ ਭਾਅ ਜੀ ਦੀ, ਮੇਰੀ ਗਲਤੀ ਨਹੀਂ ਹੈਗੀ। ਫਿਰ ਆਪਾਂ ਕੀ ਕਰਦੇ ਭਾਅ ਜੀ, ਨੰਬਰ 6 ਨੂੰ ਚੱਕਦੇ ਵੀਰ। ਨਹੀਂ ਮੈਂ ਤੇਰੇ ਮਾਈਕ ਮੂਕ ਦੇਖ ਰਿਹਾ ਕਿੰਨੇ ਕਿੰਨੇ ਲੇ ਪਏ ਤੇਰੀਆਂ ਗਲਤੀਆਂ ਤੇ, ਮੈਂ ਤੇਰੇ ਨਾਲ ਆ, ਤੂੰ ਘਬਰਾਈ ਨਾ। ਲੋ ਵੈਰੀ ਗੁੱਡ ਭਾਅ ਜੀ, ਜਿਸ ਹਿਸਾਬ ਨਾਲ ਭਾਅ ਜੀ ਕਰਦੇ ਨੇ, ਮੈਨੂੰ ਲੱਗਦਾ ਤੇਰਾ ਫੋਨ ਗਿਆ। ਭਾਅ ਜੀ ਅੱਖਾਂ ਬੰਦ ਕਰ ਸਕਦੇ ਹੋ ਤੁਸੀਂ, ਮੈਨੂੰ ਸਟਾਪ ਬੋਲੋ, ਸਟਾਪ। ਅਮੋਲ ਭਾਅ ਜੀ, ਮੈਂ ਕੋਈ ਸੈਟਿੰਗ ਤੇ ਰੀਡੀ ਵੀ ਕੋਈ ਕੁਛ ਨਹੀਂ ਕੀਤਾ, ਜਿਹੜਾ ਉਹਨਾਂ ਨੇ ਕਿਹਾ ਮੈਂ ਉਸ ਦੀ ਸਟਾਪ ਕਰ ਰਿਹਾ। ਫੋਨ ਉੱਤੇ ਵਜਿਆ ਤਾਂ ਕਦੇ ਨਹੀਂ ਕੌਨਫੀਗਰ, ਸੌਰੀ ਭਾਅ ਜੀ। ਨਹੀਂ ਭਾਈ ਜੀ, ਕੋਈ ਗੱਲ ਨਹੀਂ ਭਾਅ ਜੀ, ਕੋਈ। ਅਨਮੋਲ ਭਾਅ ਜੀ ਅੱਖਾਂ ਬੰਦ ਕਰੋ, ਮੈਨੂੰ ਸਟਾਪ ਬੋਲੋ, ਚਾਹ ਪੱਕੀ ਗੱਲ, ਅੱਖਾਂ ਖੋਲੋ। ਓਕੇ, ਵੈਰੀ ਗੁੱਡ, ਵੈਰੀ ਗੁੱਡ। ਸਾਰੀ ਜਿਹੜੀ ਚੋਇਸ ਸੀਗੀ ਉਹ ਟੋਟਲੀ ਤੁਹਾਡੀ ਸੀ, ਤੁਸੀਂ ਤੁਹਾਡਾ ਵੀ ਚੈੱਕ ਕਰ ਸਕਦੇ ਹੋ। ਜਦੋਂ ਵੀਰਾ ਇੱਥੇ ਆਇਆ ਸੀ ਕਿੰਨਾ ਖੁਸ਼ ਸੀ ਨਾ, ਹੁਣ ਐ ਲੱਗ ਰਿਹਾ ਜਿਵੇਂ, ਨਹੀਂ ਮੈਂ ਦੇਖ ਰਿਹਾ ਕਿੱਥੇ ਫੋਨ ਕਿੱਥੇ ਚਲੇ ਗਏ। ਮੈਨੂੰ ਲੱਗਦਾ ਆਪਾਂ ਨੂੰ ਕੈਮਰੇ ਬੰਦ ਕਰ ਦਿਆ ਪਏ ਨੇ। ਜੀ ਕੀ ਕਰਦਾ ਕੀਤਾ ਗਲਤ ਕੰਮ?
ਓ ਮਾਈ ਗੋਡ ਭਾਜੀ ਕਿੱਦਾਂ ਦੇ ਮਜ਼ਾਕ ਕਰ ਰਿਹਾ, ਮੈਂ ਮਜ਼ਾਕ ਕਰ ਰਿਹਾ ਭਾਜੀ। ਕੋਈ ਦੱਸੋ ਇਹਦੇ ਬਾਰੇ, ਇਹਦੀ ਰੇਖਾਂ ਬਾਰੇ, ਵਿਚਾਰਾ ਬੜਾ ਇਕੱਲਾ ਇਕੱਲਾ ਮਹਿਸੂਸ ਕਰਦਾ ਰਹੂ। ਆਪਾਂ 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 ਭਾਜੀ ਜੇ ਹੁਣ ਇਸ ਤੋਂ ਜ਼ਿਆਦਾ ਆਪਾਂ ਇੱਥੇ ਰਿਵੀਲ ਕਰਾਂਗੇ, ਪਤਾ ਕੀ ਤੁਹਾਡਾ ਪਹਿਲੀ ਗੱਲ ਤਾਂ ਵਿਆਹ ਹੋਇਆ ਹੋਇਆ। ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਨਹੀਂ ਆਪਾਂ ਲਵ ਮੈਰਿਜ ਆ ਭਾਜੀ ਇਹਦੀ। ਅੱਛਾ ਵੀ ਹਾਂ ਹਾਂ ਚਾਰ ਵਿਆਹ ਹੋਏ ਇਹ ਵੀ ਦੱਸਿਆ, ਇਹ ਤਾਂ ਮੇਰੇ ਨਾਲੋਂ ਜ਼ਿਆਦਾ ਖੁੱਲ ਰਿਹਾ। ਕੁਛ ਹੋਰ ਪੁੱਛਣਾ ਚਾਹੇਂਗੇ ਭਾਜੀ ਨੂੰ? ਕੋਈ ਹੱਥ ਉੱਧ ਦਿਖਾ ਦੇ, ਪਿਆਰ ਨਹੀਂ ਕਰਦਾ ਭਾਜੀ ਨੂੰ। ਦੱਸਣਗੇ ਹੋਰ ਤੁਸੀਂ ਕੀ ਕਰ ਸਕਦੇ ਹੋ ਮੇਰੇ ਨਾਲ? ਆਪਾਂ ਥੋੜਾ ਨਾ ਬਹੁਤ ਕੁਛ ਕਰ ਸਕਦੇ ਹਾਂ, ਪਰ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਨਾ ਜਦੋਂ ਸਾਰਾ ਪੋਡਕਾਸਟ ਭਾਈ ਡਨ ਕਰ ਲੈਣੇ, ਫਿਰ ਆਪਾਂ ਸਪੈਸੀਫਿਕਲੀ ਭਾਈ ਨਾਲ ਕੁਛ ਐਕਸਟਰਾ ਰਿਕਾਰਡ ਕਰਦੇ ਹਾਂ। ਠੀਕ ਆ, ਆਪਾਂ ਨੇਮ ਵਾਲਾ ਕਰਾਂਗੇ 100% 100% ਫਿਰ ਜੇ ਤੁਸੀਂ ਨਾਮ ਪੜ ਲਿਆ ਤਾਂ ਫਿਰ ਉਹ ਬਹੁਤ ਤੁਹਾਡੀ ਸ਼ਰਤ ਬਹੁਤ ਗੰਦੀ ਲੱਗੀ ਵੀ ਮੋਤੀ ਭਾਜੀ। ਨਹੀਂ ਨਹੀਂ ਹੁਣੀ ਵੇਲਾ ਕਰੋ ਭਾਜੀ, ਮਿਸਟ ਮੇਰੇ ਕੋਲ ਤਿਆਰੀ ਹੈ। ਜੇ ਤਾਂ 3 ਇਡੀਅਟਸ ਤੋਹਫਾ ਕਬੂਲ ਹੋ ਨਹੀਂ ਕਰਦੇ ਆਪਾਂ ਉਦਾਂ ਕਰਾਂਗੇ ਤੇ ਅਗਲੇ ਨੂੰ ਕਿਉਂ ਕਰਨਾ ਹੈ? ਨਹੀਂ ਵੈਸੇ ਤੇ ਮੈਂ ਮਿਸਟ ਵਾਲਾ ਕਰਨਾ ਵੀਰ, ਮੇਰੀ ਤੇਰੀ ਸ਼ਰਤ ਹੋਈ, ਮੈਂ ਬਾਈ ਨੂੰ ਕਿਹਾ ਤਾਂ ਬਾਈ ਨਾਮ ਜੱਜ ਕਰੇਗਾ। ਬਹੁਤ ਬਹੁਤ ਬੱਚਤ ਰਹੇਗੀ ਵੀ ਟ੍ਰਿਕ ਸਹੀ ਹੋਈ ਹੈ ਇਹਦੇ ਵਿੱਚ, ਮੈਨੂੰ ਇਦਾਂ ਲੱਗਦਾ ਵੀ ਟ੍ਰਿਕ ਕਿਤੇ ਗਲਤ ਹੋ ਗਈ।